ਬਠਿੰਡਾ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਯਤਨਾਂ ਸਦਕਾ 2018 ਸਾਈਕਲੋਥਨ ਕਰਵਾਇਆ ਗਿਆ। ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ 'ਚ 5000 ਤੋਂ ਵੱਧ ਲੋਕਾਂ ਨੇ ਸਾਂਝੇ ਉੱਦਮ ਤਹਿਤ ਆਪਣੀ ਥਾਂ ਯੂਨੀਕ ਬੁੱਕ ਆਫ ਵਰਲਡ ਰਿਕਾਰਡ 'ਚ ਬਣਾਈ ਹੈ। ਇਸ ਸਾਈਕਲੋਥੋਨ ਵਿੱਚ 45 ਤੋਂ ਵੱਧ ਵਿੱਦਿਅਕ ਅਦਾਰਿਆਂ ਦੇ 3000 ਦੇ ਲਗਭਗ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਹੈ ਕਿ ਸਮਾਗਮ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਸੀ। ਇਸ ਸਮਾਗਮ ਵਿੱਚ ਸੀਨੀਅਰ ਕਾਂਗਰਸੀ ਨੇਤਾ ਜੈਜੀਤ ਸਿੰਘ ਜੋਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਹ ਅੱਜ ਸਾਈਕਲੋਥੋਨ ਕਰਵਾਈ ਗਈ ਹੈ ਜੀ ਤੰਦਰੁਸਤ ਪੰਜਾਬ ਮਿਸ਼ਨ ਦੇ ਅੰਡਰ, ਜਿਹੜਾ ਕਿ ਪੰਜਾਬ ਗਵਰਨਮੈਂਟ ਵੱਲੋਂ ਸਟਾਰਟ ਕੀਤਾ ਗਿਆ। ਇਹ ਕਾਫੀ ਵਧੀਆ ਉਪਰਾਲਾ ਹੈ ਅਤੇ ਇਨ ਕੀਪਿੰਗ ਦਾ ਵਿਊ ਕਿ ਬਠਿੰਡਾ ਵਿੱਚ ਵੈਸੇ ਵੀ ਕਾਫੀ ਸਾਈਕਲਿੰਗ ਐਨਥੂਸੀਆਸਟ ਨੇ ਅਤੇ ਉਹਨਾਂ ਦੀ ਜਿਹੜੀ ਉਹ ਤੁਸੀਂ ਕਹਿ ਸਕਦੇ ਹੋ ਭੁੱਖ ਹੈ ਸਾਈਕਲ ਚਲਾਉਣ ਦੀ, ਦੈਟ ਹੈਜ਼ ਬੀਨ ਫੁਲਫਿਲ ਟੂਡੇ। ਅਤੇ ਇਹ ਅਸੀਂ ਕੋਸ਼ਿਸ਼ ਕਰਾਂਗੇ ਅੱਗੋਂ ਤੋਂ ਵੀ ਇਹੋ ਜਿਹੇ ਸਟੈਪਸ ਚੱਲਦੇ ਰਹਿਣ ਅਤੇ ਹੋਰ ਵੀ ਇਨੀਸ਼ੀਏਟਿਵਸ ਅਸੀਂ ਲੈ ਸਕੀਏ ਟੂ ਫੁਲਫਿਲ ਦਾ ਪ੍ਰੋਗਰਾਮ ਵਿੱਚ ਹੈਜ਼ ਬੀਨ ਇਨੀਸ਼ੀਏਟਿਡ ਬਾਏ ਦਾ ਪੰਜਾਬ ਗਵਰਨਮੈਂਟ। ਤੰਦਰੁਸਤ ਪੰਜਾਬ ਇਹਨੂੰ ਇਹਦੇ ਜਿਹੜਾ ਸੁਪਨਾ ਸੀਐਮ ਸਾਹਿਬ ਨੇ ਵੇਖਿਆ ਉਹਨੂੰ ਪੂਰਾ ਕਰ ਸਕਦੇ। ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਕੀ ਤੁਸੀਂ ਕਹਿਣਾ ਚਾਹੋਗੇ ਇਸ ਇਵੈਂਟ ਦੇ ਬਾਰੇ? ਤੰਦਰੁਸਤ ਮਿਸ਼ਨ ਪੰਜਾਬ ਜੋ ਹੈ ਪੰਜਾਬ ਗਵਰਨਮੈਂਟ ਦਾ ਇੱਕ ਬੜਾ ਫਲੈਗਸ਼ਿਪ ਪ੍ਰੋਗਰਾਮ ਹੈ ਔਰ ਇਹਦੇ ਅੰਡਰ ਜੋ ਸਾਈਕਲੋਥੋਨ 2018 ਬਠਿੰਡਾ ਵਿੱਚ ਕੀਤਾ ਗਿਆ ਇਹਦੇ ਵਾਸਤੇ ਮੈਂ ਬਠਿੰਡਾ ਨਿਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਕਿਉਂਕਿ ਇਹਦੇ ਵਿੱਚ ਬੜੇ ਰਿਕਾਰਡ ਨੰਬਰ ਪਾਰਟੀਸਪੈਂਟਸ ਨੇ ਹਿੱਸਾ ਲਿਆ। ਤਕਰੀਬਨ 4000 ਲੋਕਾਂ ਨੇ ਸਾਈਕਲਿੰਗ ਕੀਤੀ ਹੈ। ਇਸ ਤੋਂ ਪਹਿਲਾਂ ਇੱਕ ਅਮੇਜ਼ਿੰਗ ਰੇਸ ਕਰਾਈ ਗਈ ਜਿਸ ਵਿੱਚ ਅਲੱਗ ਅਲੱਗ ਕੈਟੇਗਰੀ ਦੇ ਜੋ ਰਾਈਡਰ ਸੀ ਉਹਨਾਂ ਨੇ ਬੜੇ ਘੱਟ ਸਮੇਂ ਦੇ ਵਿੱਚ ਰੇਸ ਕੰਪਲੀਟ ਕਰਕੇ ਇਨਾਮ ਜਿੱਤੇ ਨੇ। ਸੋ ਮੈਂ ਬਠਿੰਡਾ ਵਾਸੀਆਂ ਨੂੰ, ਡਿਸਟ੍ਰਿਕਟ ਓਲੰਪਿਕ ਐਸੋਸੀਏਸ਼ਨ ਨੂੰ ਔਰ ਬਠਿੰਡਾ ਸਾਈਕਲਿੰਗ ਗਰੁੱਪ ਨੂੰ ਖਾਸ ਤੌਰ 'ਤੇ ਇਸ ਈਵੈਂਟ ਦੇ ਮੁਕੰਮਲ ਔਰ ਕਾਮਯਾਬ ਸੰਚਾਲਨ 'ਤੇ ਬਹੁਤ ਬਹੁਤ ਵਧਾਈ ਦਿੰਦਾ। ਇੱਥੇ ਅੱਜ ਐਕਚੁਲੀ ਕੈਬਨਿਟ ਮਿਨਿਸਟਰ ਫਾਈਨੈਂਸ ਮਿਨਿਸਟਰ ਸਾਹਿਬ ਨੇ ਆਉਣਾ ਸੀ ਮਨਪ੍ਰੀਤ ਸਿੰਘ ਬਾਦਲ ਨੇ, ਪਰ ਉਹਨਾਂ ਲਾਸਟ ਮਿਨਟ ਸੀ ਐਮ ਸਾਹਿਬ ਨੇ ਸਿੰਗਾਪੁਰ ਜਿਹੜਾ ਪੰਜਾਬ ਦਾ ਇੱਕ ਵਫ਼ਦ ਜਾਣਾ ਸੀ ਉਹ ਕੈਂਸਲ ਹੋ ਗਿਆ। ਸੀ ਐਮ ਸਾਹਿਬ ਸਾਹਿਬ ਨੂੰ ਜਾਣਾ ਪਿਆ ਉਹਨਾਂ ਜਗ੍ਹਾ, ਉਹਨਾਂ ਨੇ ਸਾਡੀ ਕਾਂਗਰਸੀ ਟੀਮ ਦੀ ਡਿਊਟੀ ਲਾਈ ਇੱਥੇ ਆਉਣ ਦੀ। ਬਠਿੰਡਾ ਓਲੰਪਿਕ ਐਸੋਸੀਏਸ਼ਨ ਨੇ ਇਹ ਸਾਰਾ ਅਤੇ ਜਿਹੜੀ ਸਾਈਕਲਿੰਗ ਐਸੋਸੀਏਸ਼ਨ ਬਠਿੰਡਾ ਦੀ ਉਹਨਾਂ ਨੇ ਪਲੈਨਿੰਗ ਕੀਤੀ ਹੈ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਇਹ ਸਾਰਾ ਹਿੱਸਾ ਹੈ ਤੰਦਰੁਸਤ ਪੰਜਾਬ ਦਾ ਜਿਹੜੀ ਕੈਪਟਨ ਸਾਹਿਬ ਨੇ ਚਲਾਈ ਹੈ। ਆਈ ਥਿੰਕ ਅਪਰੋਕਸੀਮੇਟਲੀ 4000 ਸਾਈਕਲਿਸਟ ਹੈ ਪਾਰਟੀਸਪੇਟਡ ਅੱਜ। ਆਈ ਥਿੰਕ ਅੱਜ ਇੱਕ ਰਿਕਾਰਡ ਅੱਜ ਕਾਇਮ ਕਰ ਲਿਆ ਬਠਿੰਡਾ ਨੇ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਫਰੋਮ ਬਠਿੰਡਾ ਓਲੰਪਿਕ ਐਸੋਸੀਏਸ਼ਨ ਟੂ ਦੀ ਸਾਈਕਲਿੰਗ ਐਸੋਸੀਏਸ਼ਨ ਆਲ ਪਾਰਟੀਸਪੈਂਟਸ ਐਂਡ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ। ਦਿਸ ਇਜ਼ ਅ ਇਹ ਜਿਹੜਾ ਮੈਸੇਜ ਕੈਪਟਨ ਸਾਹਿਬ ਨੇ ਦਿੱਤਾ ਸੀ ਕਿ ਬੱਚਿਆਂ ਨੂੰ ਡਰੱਗਸ ਤੋਂ ਹਰੇ ਤੋਂ ਦੂਰ ਕਰੀਏ ਤੇ ਪੰਜਾਬ ਨੂੰ ਤੰਦਰੁਸਤ ਬਣਾਈਏ। ਇਸ ਮੌਕੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਜੇਤੂਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ ਹਨ। ਬਠਿੰਡਾ ਤੋਂ ਰਜਤ ਦੇ ਨਾਲ ਆਕਾਂਖਿਆ ਸਕਸੈਨਾ ਦੀ ਰਿਪੋਰਟ, ਪੰਜਾਬ ਟੂਡੇ।